ਉਹ ਕਿੰਨੇ ਇੱਕ ਮੰਦਿਰ ਬਣਾਇਆ ਅੱਜ ਹੈ ਬੱਚਾ ਵੀ ਅਜੀ ਬੱਚਾ ਰਹਿ ਜਾਂਦਾ ਬਈ ਚਲੋ ਆਇਓ ਹੈਂ ਪ੍ਰੇਮਨਗਰ ਵਿਖੇ ਜਿੱਥੋਂ ਦੀ ਇੱਕ ਸੋਸਾਇਟੀ ਪ੍ਰੇਮਨਗਰ ਵੈਲਫੇਅਰ ਐਸੋਸੀਏਸ਼ਨ ਦੇ ਸੋਸਾਇਟੀ ਦੇ ਚੇਅਰਮੈਨ ਡਾਕਟਰ ਵਨੀਤ ਸ੍ਰੀਨਜੀ ਜਦੋਂ ਦਾ ਲਾਕਡਾਊਨ ਚੱਲ ਰਿਹਾ ਹੈ ਉਦੋਂ ਦੀ ਗਰੀਬ ਜਨਤਾ ਤੇ ਲੋੜਵੰਦ ਪਰਿਵਾਰਾਂ ਦੀ ਸੁੱਕਾ ਰਾਸ਼ਨ ਜਾਂ ਹੋਰ ਸਮਗਰੀ ਦੇ ਕੇ ਉਹਨਾਂ ਦੀ ਮਦਦ ਕਰ ਰਹੇ ਅੱਜ ਇਹਨਾਂ ਨੇ ਪ੍ਰੇਮਨਗਰ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਬਾਜ਼ਾਰ ਦੁਕਾਨਾਂ ਵਗਾਰਾ ਬੰਦ ਹੋਣ ਕਰਕੇ ਕੁਝ ਬੱਚਿਆਂ ਦੀ ਨਿਮਾਨਸਿਕ ਸਾਨੂੰ ਮਹਗੀ ਦਿੱਤੀ ਜਾਵੇ ਉਹਨਾਂ ਬੱਚਿਆਂ ਦੀ ਡਿਮਾਂਡ ਨੂੰ ਮਦੇ ਨਜ਼ਰ ਰੱਖ ਵੀ ਅੱਜ ਬੱਚਿਆਂ ਨੂੰ ਮੈਗੀ, ਵੇਰਕਾ ਦੁੱਧ ਦੇ ਪੈਕੇਟ, ਬੰਦ ਅਤੇ ਰਸ ਪ੍ਰੇਮਨਗਰ ਵਿੱਚ ਵੰਡੇ ਗਏ ਹਨ। ਸਾਡੇ ਨਾਲ ਖੜੇ ਨੇ थाना ਕੋਟ ਖਾਲਸਾ ਦੇ ਐਸਐਚਓ ਡਾਕਟਰ ਸੰਜੀਵ ਕੁਮਾਰ ਸ਼ਰਮਾ ਜੀ ਆ ਉਹਨਾਂ ਨਾਲ ਗੱਲਬਾਤ ਕਰੀਏ। ਸਸੀ ਗਸਲ ਜੀ। ਸ੍ਰੀ ਕਾਲ। ਸਰ ਜੀ ਇਹ ਤੁਸੀਂ ਅੱਜ ਇਹ ਜੇ ਪ੍ਰੇਮਨਗਰ ਵਿੱਚ ਤੇ ਇਹ ਨਗਰ ਵਿੱਚ ਆਏ। ਅੱਜ ਤੁਸੀਂ ਇੱਥੇ ਬੱਚਿਆਂ ਨੂੰ ਮੈਗੀ, ਦੁੱਧ ਅਤੇ ਵੇਰਕਾ ਦੁੱਧ ਦੇ ਪੈਕੇਟ, ਬੰਦ ਰਸ ਵੰਡੇ ਹਨ। ਇਹ ਬੱਚਿਆਂ ਦੀ ਡਿਮਾਂਡ ਬੱਚਿਆਂ ਦੀ ਮੰਗ ਦੇ ਅਨਸਾਰ ਆਏ ਸੀ ਤੁਸੀਂ। ਦੇਖੋ ਜੇ ਡਾਕਟਰ ਵਰਨੀ ਸ੍ਰੀਨ ਤੇ ਇਹਨਾਂ ਦੀ ਪ੍ਰੇਮ ਨਗਰ ਵੈਲਫੇਅਰ ਐਸੋਸੀਏਸ਼ਨ ਹੈ ਇਹਨਾਂ ਨੂੰ ਇੱਕ ਹੀ ਦਿਮਾਗ ਦੇ ਵਿੱਚ ਕੀੜਾ ਕਾ ਕੰਮ ਕਰ ਰਿਹਾ ਹੈ ਕਿ ਜਿੰਨੀ ਸੇਵਾ ਕਰ ਲੋਨੀ ਥੋੜੀ ਹੈ ਅੱਜ ਸਵੇਰੇ 11:00 ਕੋਈ ਮੈਨੂੰ ਇਹਨਾਂ ਦਾ ਫੋਨ ਤੇ ਦੱਸਿਆ ਕਿ ਬੱਚੇ ਕੁਝ ਇਲਾਕੇ ਦੇ ਕਹਿੰਦੇ ਨੇ ਕਿ ਵੱਡਿਆਂ ਨੂੰ ਸਭ ਕੁਝ ਮਿਲ ਰਿਹਾ ਬੱਚਿਆਂ ਨੂੰ ਕੁਝ ਨਹੀਂ ਮਿਲ ਰਿਹਾ ਤੇ ਕਹਿੰਦੇ ਵੀ ਸ਼ਾਮ ਨੂੰ ਅੱਜ ਫਿਰ ਅਸੀਂ ਇਹ ਵੰਡਾਂਗੇ ਅੱਜ ਪ੍ਰੇਮ ਨਗਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਸ ਏਰੀਆ ਦੇ ਵਿੱਚ ਦੁੱਧ ਦੇ ਪੈਕੇਟ ਰਸ ਦੇ ਪੈਕੇਟ ਮੈਗੀ ਤੇ ਬੰਦ ਜਿਹੜੇ ਆ ਬੱਚਿਆਂ ਨੂੰ ਘਰ ਘਰ ਜਾ ਕੇ ਵੰਡੇਗੇ ਆ ਮਤਲਬ ਕੋਈ ਪક્ષਪਾਤ ਨਹੀਂ ਕੋਈ ਪਾਰਟੀਬਾਜੀ ਨਹੀਂ ਡੋਰ ਟੂ ਡੋਰ ਜਾ ਤੁਸੀਂ ਨਾਲ ਤੋਂ ਦੇਖਿਆ ਹੈ ਡੋਰ ਟੂ ਡੋਰ ਦਿੱਤੇ ਗਏ ਨੇ ਇਹ ਬ੍ਰਿੰਦ ਹੁਨੀ ਸ਼੍ਰੀਨਜੀ ਦਾ ਇੱਕ ਹੀ ਪ੍ਰਾਲਾ ਹੈ ਮੈਨੂੰ ਵੀ ਮੋਟੀਵੇਟੇਟ ਕਰਦੇ ਰਹਿੰਦੇ ਨੇ ਕਿ ਜਿੰਨਾ ਹੋ ਸਕੇ ਥੋੜਾ ਵਾ ਅੱਜ ਇਹਨਾਂ ਨੇ ਆਪਣੀ ਵੈਲਫੇਅਰ ਐਸੋਸੀਏਸ਼ਨ ਨਾਲੋਂ ਪ੍ਰੇਮਗੜੀ ਤੋਂ ਇਹ ਲੱਖ ਚ ਵੰਡੇ ਆ ਮੈਂ ਇਹਨਾਂ ਦਾ ਬਹੁਤ ਤਹਿ ਦੋਂ ਤਨਵਾਦੀ ਹਾਂ ਮੈਂ ਪ੍ਰਮਾਤਮਾ ਕੀ ਦੁਆ ਕਰਦਾ ਇਹਨਾਂ ਦੀ ਲੰਮੀ ਉਮਰ ਕਰੇ ਪ੍ਰਮਾਤਮਾ ਇਹਨਾਂ ਦੀ ਸੁਸਾਇਟੀ ਨੂੰ ਇਹ ਵੈਲਫੇਅਰ ਐਸੋਸੀਏਸ਼ਨ ਨੂੰ ਸਾਰੀ ਨੂੰ ਕਾਮਯਾਬੀ ਬਖਸ਼ੇ ਤਰੱਕੀ ਬਖਸ਼ੇ ਨਾਮਦਾਨ ਬਖਸ਼ੇ ਸਭ ਤੋਂ ਚੀਜ਼ ਜਿਹੜੀ ਕੀਮਤੀ ਹੈ ਉਹ ਨਾਮਦਾਨ ਤੇ ਤੰਦਰੁਸਤੀ ਹੈ ਜੇ ਤੰਦਰੁਸਤੀ ਨਹੀਂ ਹੈ ਤੇ ਸਭੇ ਨਿਯਮਤਾ ਫੇਲ ਨੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਨਾਮਦਾਨ ਬਖਸ਼ੇ ਨਾਮਦਾਨ ਜਿਹਨਾਂ ਚ ਨਹੀਂ ਲੈਂਦਾ ਬੰਦਾ ਉਹਨਾਂ ਚੋਂ ਭੌਸਾ ਕੋ ਚ ਪਾਰ ਨਹੀਂ ਹੋ ਸਕਦਾ ਤੇ ਮੈਂ ਨਾਲ ਹੀ ਸ਼ੁਭ ਕਾਮਨਾਵਾਂ ਕਰਦਿਆਂ ਹੋਇਆਂ ਇਹਨਾਂ ਇਹਨਾਂ ਧੰਨਵਾਦ ਕਰਦਾ ਹਾਂ ਤੇ ਪਰਪੀਤਾ ਪਰਮਾਤਮਾ ਕੀ ਦੁਆ ਕਰਦਾ ਹਾਂ ਇਸੇ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਸੇਵਾ ਦਾ ਕੰਮ ਹੈ ਨਿਰੰਤਰ ਚੱਲਦਾ ਰਹੇ ਧੰਨਵਾਦ ਅੱਜ ਜੋ ਬੱਚਿਆਂ ਵਿੱਚ ਵੇਰਕਾ ਦੁੱਧ ਦੇ ਪੈਕੇਟ ਮੈਗੀ ਬੰਦ ਅਤੇ ਰਸ ਵੰਡੇ ਗਏ ਹਨ ਅੱਜ ਦੇ ਮੁੱਖ ਵਿਸ਼ੇਸ਼ ਪ੍ਰੋਗਰਾਮ ਦੇ ਮੁੱਖ ਸਹਿਯੋਗੀ ਰਕੇਸ਼ ਸਬਰਵਾਲ ਜੀ ਨੇ ਤੇ ਅਸੀਂ ਆਓ ਅਸੀਂ ਡਾਕਟਰ ਵੀਰਨ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਅੱਜ ਜੋ ਬੱਚਿਆਂ ਨੂੰ ਤੁਸੀਂ ਅੱਜ ਵੇਰਕਾ ਦੁੱਧ ਦੇ ਪੈਕੇਟ ਬੈਗੀ ਰਸ ਬੰਦ ਆਦ ਵੰਡੇ ਹਨ ਤੇ ਤੁਹਾਨੂੰ ਬੱਚਿਆਂ ਦੇ ਵੱਲੋਂ ਹੀ ਫੋਨ ਡਿਮਾਂਡ ਆਈ ਸੀ ਜੀ ਜੀ ਸਾਨੂੰ ਛੋਟੇ ਛੋਟੇ ਬੱਚੇ ਨੇ ਜੀ ਕਿਉਂਕਿ ਆਪਣਾ ਇੱਥੇ ਸਕੂਲ ਵੀ ਹੈ ਐਸਡੀਕੇਐਮਾਈ ਸਕੂਲ ਤੇ ਮੇਰੇ ਸਕੂਲ ਦੇ ਕੁਝ ਬੱਚੇ ਨੇ ਕੁਝ ਪੇਰੈਂਟਸ ਨੇ ਉਹਨਾਂ ਨੇ ਵੀ ਕਿਹਾ ਬਈ ਬੱਚਿਆਂ ਨੂੰ ਜ਼ਰੂਰ ਤੇ ਕਿਉਂਕਿ ਦੁਕਾਨਾਂ ਬੰਦ ਨੇ ਕੋਵਿਡ 19 ਕਰਕੇ ਤੇ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਤੇ ਐਸਐਚਓ ਸਾਹਿਬ ਸਾਡੇ ਨਾਲ ਇਹਨਾਂ ਨਾਲ ਉਹਦੀ ਪੂਰੀ ਟੀਮ ਹੈ ਤੇ ਉਹਨਾਂ ਨੂੰ ਵੀ ਕਿਹਾ ਵੀ ਆਓ ਨਾਲ ਸਾਡੇ ਚਲੀਏ ਕਿਉਂਕਿ ਤੁਸੀਂ ਆਮ ਜਨੂਬਾ ਛੋਟਿਆਂ ਦੇ ਸੀ ਪੜਿਆ ਸੀ ਸੁਰਾ ਸੋ ਪਛਾਨੀਏ ਜੋ ਲੜੇ ਦਿਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂਨੋ ਚੜੇ ਕੀਤ ਪੰਜਾਬ ਪੁਲਿਸ ਐਸ ਟਾਈਮ ਸਾਡੇ ਪੂਰੇ ਪੰਜਾਬ ਚ ਪੂਰੇ ਹਿੰਦੁਸਤਾਨ ਚ ਉਹੀ ਕੰਮ ਕਰ ਰਹੀ ਹੈ ਜੋ ਮੈਂ ਤੁਹਾਨੂੰ ਕਿਹਾ ਔਰ ਅੱਛਾ ਲੱਗਦਾ ਹੈ ਵੀ ਇਹ ਲੋਕ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਜਿੱਥੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਐਸਐਚਓ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਆਓ ਚਲੀਏ ਉੱਥੇ ਜਾ ਕੇ ਫਾਣੀ ਜਗ੍ਹਾ ਜੇ ਮਜਬੂਰੀ ਹੈ ਇਹ ਲੋਕ ਪਰੇਸ਼ਾਨ ਹੈ ਅਸੀਂ ਹੈਲਪ ਕਰਨੀ ਹੈ ਤੇ ਐਸਐਚਓ ਸਾਹਿਬ ਆਪਣੀ ਸਮੂਹ ਟੀਮ ਨੂੰ ਕਹਿ ਕੇ ਸਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਸਮਾਜ ਦੇ ਵਿੱਚ ਕੰਮ ਕਰਦੇ ਨੇ ਮੈਂ ਬਾਕੀ ਵੀ ਐਨਜੀਓਸ ਨੂੰ ਕਹਾਂਗਾ ਵੀ ਆਓ ਰਲ ਕੇ ਕਿਉਂਕਿ ਦੁਕਾਨਾਂ ਬੰਦ ਨੇ ਆਟਾ ਰਾਸ਼ਨ ਦਾਲ ਤੇਲ ਚੌਲ ਛੋਲੇ ਬਹੁਤ ਕੁਝ ਸਰਕਾਰ ਨੇ ਵੀ ਵੰਡਿਆ ਐਸੀ ਵੀ ਵੰਡਿਆ ਐਸ.ਐਚ.ਓ ਸਾਹਿਬ ਤੇ ਜਦੋਂ ਦਾ ਲਾਕਡਾਊਨ ਹੈ ਉਦੋਂ ਤੋਂ ਵੀ ਵੰਡ ਵੰਡਦੇ ਆ ਰਹੇ ਨੇ ਤੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੀ ਨੀਡ ਸੀ ਵੀ ਸਰ ਸਾਨੂੰ ਮੈਗੀ ਨਹੀਂ ਮਿਲਦੀ ਵੀ ਖਾਸ ਕਰਕੇ ਮੈਗੀ ਕਿਉਂਕਿ ਬੱਚੇ ਮੈਗੀ ਦੇ ਬੜੇ ਸ਼ੌਕੀਨ ਨੇ ਮੈਗੀ ਇਹ ਪਾਸਤਾ ਦੁੱਧ ਬੰਦ ਰਸੇ ਦੁਕਾਨਾਂ ਬੰਦ ਨੇ ਤੇ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕਰਕੇ ਸਪੈਸ਼ਲ ਇਹਨਾਂ ਦੇ ਕੋਲੋਂ ਮੰਗਵਾਇਆ ਸਮਾਨ ਮੰਗਵਾ ਕੇ ਤੇ ਆਪਾਂ ਇੱਥੇ ਵੰਡ ਦਿੱਤਾ ਔਰ ਮੈਂ ਸਮਝਦਾ ਵੀ ਇਹ ਸਾਰਾ ਜਿਹੜਾ ਸਹਿਯੋਗ ਹੈ ਪ੍ਰੇਮਨਗਰ ਵੈਲਫੇਅਰ ਐਸੋਸੀਏਸ਼ਨ ਔਰ ਸਾਨੂੰ ਜਿਹੜਾ ਆਸ਼ੀਰਵਾਦ ਰਕੇਸ਼ ਸੱਬਰਵਾਲ ਜੀ ਔਰ ਸਾਡੇ ਐਸਐਚਓ ਸੰਜੀਵ ਕੁਮਾਰ ਸ਼ਰਮਾ ਜੀ ਉਹਨਾਂ ਦੀ ਸਮੂਹ ਟੀਮ ਨਾਲ ਲਾਈਦੀ ਹੈ ਤੇ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਇਲਾਕੇ ਦੇ ਵੀ ਧੰਨਵਾਦ ਕਰਦੇ ਹਾਂ ਔਰ ਬੇਨਤੀ ਕਰਦੇ ਹਾਂ ਅਗਰ ਕਿਸੇ ਨੂੰ ਕੋਈ ਜ਼ਰੂਰਤ ਹੈ ਤੇ थाना ਕੋਟ ਖਾਲਸਾ ਚ ਜਾ ਕੇ ਆਪਣੀ ਡਿਮਾਂਡ ਦੱਸ ਦਿਓ ਜਾਂ ਸਾਨੂੰ ਦੱਸ ਦਿਓ ਅਸੀਂ ਹਾਜ਼ਰ ਹਾਂ ਧੰਨਵਾ ਜੋ ਜਨਤਾ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਫਿਲਹਾਲ ਤੇ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਵੀ ਕਾਹਨ ਆਪਣਾ ਕੋਵਿਡ-19 ਜਿਹਨੂੰ ਆਪਾਂ ਕਰੋਨਾ ਕਹਿੰਦੇ ਆ ਬੜੀ ਨਕਮੀ ਡਿਜ਼ੀਜ਼ ਹੈ ਆਪਣੇ ਘਰਾਂ ਚ ਰਹੋ ਜੋ ਤੁਹਾਨੂੰ ਸਰਕਾਰ ਨੇ ਇਨਸਟ੍ਰਕਸ਼ਨ ਦਿੱਤੀਆਂ ਉਹਦੇ ਮੁਤਾਬਕ ਡਿਸਟੈਂਸ ਬਣਾ ਕੇ ਰੱਖੋ ਦੂਰ ਦੂਰ ਰਹੋ ਔਰ ਜਦੋਂ ਕਰੋਨਾ ਖੁੱਲੇਗਾ ਕਰੋਨਾ ਖੁੱਲਣ ਤੋਂ ਬਾਅਦ ਵੀ ਕਰਫਿਊ ਖੁੱਲਣ ਤੋਂ ਬਾਅਦ ਵੀ ਆਪਣਾ ਧਿਆਨ ਰੱਖੋ ਆਪਣਾ ਮਾਸਕ ਪਾ ਕੇ ਰੱਖੋ ਆਪਣੇ ਗਲਵਜ਼ ਪਾ ਕੇ ਰੱਖੋ ਔਰ ਜੇ ਕਿਸੇ ਬੰਦੇ ਨੂੰ ਕੋਈ ਥੋੜੀ ਬਹੁਤੀ ਖਾਂਸੀ ਜਾਂ ਗਲੇ ਖਰਾਬ ਦੀ ਸ਼ਿਕਾਇਤ ਹੈ ਤਾਂ ਨੇਦੀਕੀ ਸਿਵਲ ਹਸਪਤਲ ਤੇ ਜਾਂ ਗੁਰਨਾਨਕ ਹਸਪੀਟਲ ਜਾਂ ਕਿਸੇ ਅੱਛੇ ਸੀਨੀਅਰ ਡਾਕਟਰ ਕੋਲ ਆਪਣਾ ਚੈੱਕਅਪ ਕਰਾਓ ਧੰਨਵਾਦ ਥੈਂਕ ਯੂ ਅੱਜ ਤੁਸੀਂ ਦੇਖਿਆ ਕੋਟ ਖਾਲਸਾ ਥਾਣਾ ਦੇ ਐਸਐਚਓ ਸਾਹਿਬ ਸੰਜੀਵ ਕੁਮਾਰ ਸ਼ਰਮਾ ਜੀ ਪ੍ਰੇਮਨਗਰ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਵਰੀ ਸਰਿੰਜੀ ਅਤੇ ਅੱਜ ਦੇ ਮੁੱਖ ਪ੍ਰੋਗਰਾਮ ਦੇ ਮੁੱਖ ਸਹਿਯੋਗੀ ਰਕੇਸ਼ ਸਬਰਵਾਲ ਜੀ ਅਤੇ ਪ੍ਰੇਮਨਗਰ ਵੈਲਫੇਅਰ ਐਸੋਸੀਏਸ਼ਨ ਦੇ ਸਮੂਹ ਮੈਂਬਰ ਸਾਡੇ ਪੁਲਿਸ ਪਾਰਟੀ ਸਮੂਹ ਸਹਿਬਾਨ ਅੱਜ ਇੱਥੇ ਪ੍ਰੇਮਨਗਰ ਵਿੱਚ ਆਏ ਹੋਏ ਹਨ ਬੱਚਿਆਂ ਨੂੰ ਜਿਨ੍ਹਾਂ ਨੇ ਕਿ ਬੱਚਿਆਂ ਦੇ ਪਸੰਦੇ ਦੁੱਧ ਦੇ ਪੈਕੇਟ ਮੈਗੀ ਬੰਦ ਰਸ ਵੰਡੇ ਹੋਏ ਹਨ ਮੇਰੇ ਇਸੇ ਤਰ੍ਹਾਂ ਸਮੂਹ ਜਨਤਾ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਸ ਤਰ੍ਹਾਂ ਪ੍ਰੇਮਨਗਰ ਵੈਲਫੇਅਰ ਐਸੋਸੀਏਸ਼ਨ ਸਾਡੇ ਕੋਟ ਖਾਲਸਾ ਦੇ ਮੁਖੀ ਐਸਐਚਓ ਸਾਹਿਬ ਤੇ ਹੋਰ ਇਹਨਾਂ ਦੇ ਜੋ ਮੈਂਬਰ ਵਗੈਰਾ ਜਿਸ ਤਰ੍ਹਾਂ ਗਰੀਬ ਜਨਤਾ ਦੀ ਮਦਦ ਕਰ ਰਹੇ ਹਨ ਹਰ ਕਿਸੇ ਨੂੰ ਇਹਨਾਂ ਲੋਕਾਂ ਦੀ ਤੇ ਗਰੀਬ ਜਨਤਾ ਦੀ ਮਦਦ ਕਰਨ ਵਾਸਤੇ ਅੱਗੇ ਵਧਣਾ ਚਾਹੀਦਾ ਹੈ ਮੈਂ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮਨਦੀਪ ਸਿੰਘ ਫਾਸਟ ਨਿਊਜ਼ ਇੰਡੀਆ ਅੰਮ੍ਰਿਤਸਰ